ਸਤ ਸੰਗਤ ਜੀ, ਜਲੂਸ ਸ਼ਬਦ ਵੈਸੇ ਬਹੁਤ ਹੀ ਸਨਮਾਨਿਤ ਸ਼ਬਦ ਹੈ, ਕਿਉਂਕਿ ਜਲੂਸ ਦੇ ਜੋ ਅੱਖਰੀ ਅਰਥ ਹਨ ਇਹ ਸਾਡੇ ਪੁਰਾਣੇ ਧਾਰਮਿਕ ਕੋਸ਼ਾਂ ਦੇ ਅੰਦਰ, ਗ੍ਰੰਥਾਂ ਦੇ ਅੰਦਰ ਇਸ ਦੀ ਬੜੀ ਸੁੰਦਰ ਵਿਆਖਿਆ ਕੀਤੀ ਗਈ ਹੈ। ਜਲੂਸ ਸ਼ਬਦ ਜੋ ਹੈ ਜਾਹੋ ਜਲਾਲ ਦਾ ਪ੍ਰਤੀਕ ਹੈ। ਜਦੋਂ ਬਹੁਤ ਜਾਹੋ ਜਲਾਲ ਦੇ ਨਾਲ ਰਣ ਸਿੰਘਿਆਂ ਦੀ ਘਨਘੋਰ ਵਾਜਿਆਂ ਗਾਜਿਆਂ ਦੇ ਨਾਲ ਨਿਸ਼ਾਨਾਂ ਦੀ ਛਤਰਛਾ ਹੇਠ ਨਗਾਰਿਆਂ ਧੌਂਸਿਆਂ ਦੇ ਸੰਯੋਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰੂ ਘਰ ਦਾ ਪੂਰਾ ਰਾਜ ਸਾਜ ਜਿਸ ਨੂੰ ਖਾਲਸਾ ਕਹਿੰਦਾ ਉਹ ਸਾਰਾ ਕੁਝ ਜਦੋਂ ਪੂਰਾ ਸ਼ਾਮਿਲ ਕਰਕੇ ਸਤਿਗੁਰੂ ਦੀ ਅਗਵਾਈ ਵਿੱਚ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਹੋਈਆਂ, ਫੁੱਲਾਂ ਦੀ ਵਰਖਾ ਕਰਦੀਆਂ ਹੋਈਆਂ, ਤਾਜ਼ੇ ਫੁੱਲਾਂ ਦੇ ਸਿਹਰੇ ਸਤਿਗੁਰੂ ਜੀ ਦੀ ਪਾਲਕੀ ਨੂੰ ਸਜਾ ਕੇ ਲੈ ਕੇ ਤੁਰਦੀਆਂ ਹਨ, ਔਰ ਸਾਰੀ ਲੋਕਾਈ ਜਦੋਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਜਾਹੋ ਜਲਾਲ ਅੱਗੇ ਨਤਮਸਤਕ ਹੋ ਜਾਂਦੀ ਹੈ, ਝੁਕ ਜਾਂਦੀ ਹੈ, ਔਰ ਸਤਿਗੁਰੂ ਦੇ ਅਲਾਹੀ ਜਲਾਉ ਦੇ ਦਰਸ਼ਨ ਕਰਦੀਆਂ ਹਨ, ਉਸ ਨੂੰ ਜਲੂਸ ਕਿਹਾ ਜਾਂਦਾ ਹੈ। ਨਗਰ ਕੀਰਤਨ ਦਾ ਮਤਲਬ ਤਾਂ ਇਹ ਹੁੰਦਾ ਵੀ ਸਾਰੇ ਨਗਰ ਵਿੱਚ ਫਿਰ ਕੇ ਕੀਰਤਨ ਕਰਨਾ, ਜਿਵੇਂ ਆਪਾਂ ਪ੍ਰਭਾਤ ਫੇਰੀਆਂ ਕੱਢਦੇ ਹਾਂ, ਜਾਂ ਇਉਂ ਕਹਿ ਲਓ ਜਦੋਂ ਮਹਾਂਪੁਰਖ ਤੁਹਾਡੇ ਨਗਰ ਵਿੱਚ ਜਥੇ ਸਮੇਤ ਆਇਆ ਕਰਦੇ, ਪਰਿਵਾਰਾਂ ਨੇ ਜਥੇ ਦਾ ਲੰਗਰ ਘਰਾਂ ਦੇ ਵਿੱਚ ਰੱਖਣਾ ਤਾਂ ਮਹਾਂਪੁਰਖ ਜਥੇ ਸਮੇਤ ਰਾਗੀ ਸਿੰਘਾਂ ਨੂੰ ਅੱਗੇ ਕਰਕੇ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਨੇ, ਸਾਰੀ ਸੰਗਤ ਨੇ ਮਗਰ ਸ਼ਬਦ ਜੋਟੀਆਂ ਵਿੱਚ ਪੜ੍ਹਨੇ, ਔਰ ਕੀਰਤਨ ਕਰਦਿਆਂ ਘਰ ਵਿੱਚ ਕਿਸੇ ਗੁਰਮੁਖ ਦੇ ਲੰਗਰ ਛਕਣ ਜਾਣਾ, ਉੱਥੋਂ ਲੰਗਰ ਛਕ ਕੇ ਫਿਰ ਕੀਰਤਨ ਕਰਦਿਆਂ ਵਾਪਸ ਆਉਣਾ। ਨਗਰ ਵਿੱਚ ਕੀਰਤਨ ਕਰਦਿਆਂ ਸਤਿਗੁਰੂ ਦੇ ਸਨਮਾਨ ਲਈ ਜਾਣਾ, ਜਾਂ ਪ੍ਰਭਾਤ ਫੇਰੀਆਂ ਕੱਢਣੀਆਂ, ਜਾਂ ਇਹਨੂੰ ਪ੍ਰਚਾਰ ਫੇਰੀ ਵੀ ਕਿਹਾ ਜਾਂਦਾ ਹੈ। ਨਗਰ ਵਿੱਚ ਕੀਰਤਨ ਕਰਦਿਆਂ ਜਾਣਾ, ਜੋਟੀਆਂ ਵਿੱਚ ਸ਼ਬਦ ਪੜ੍ਹਦੇ, ਰਾਗਾਂ ਵਿੱਚ ਸ਼ਬਦ ਪੜ੍ਹਦੇ ਜਾਣਾ, ਵਾਜੇ ਨਾਲ ਸ਼ਬਦ ਪੜ੍ਹਦੇ ਜਾਣਾ, ਢੋਲਕੀਆਂ ਨਾਲ, ਛੈਣਿਆਂ ਨਾਲ, ਕਿਉਂਕਿ ਸਾਡੇ ਪੁਰਾਣੇ ਸਾਜ਼ ਹਨ, ਕੈਂਸੀਆਂ ਆਦਿਕ, ਰਬਾਬ ਆਦਿਕ, ਮਿਰਦੰਗ ਆਦਿਕ, ਵਾਜੇ ਆਦਿਕ, ਇਸ ਤਰ੍ਹਾਂ ਪੁਰਾਤਨ ਗੁਰਸਿੱਖ ਇਹ ਨਗਰ ਕੀਰਤਨ ਦੇ ਰੂਪ ਵਿੱਚ ਸਾਰੇ ਨਗਰ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਅੱਜ ਵੀ ਸਾਧ ਸੰਗਤ ਜੀ, ਜਦੋਂ ਕਦੇ ਤੁਸੀਂ ਤਰਨ ਤਾਰਨ ਸਾਹਿਬ ਮੱਸਿਆ ਦੇ ਦਿਹਾੜੇ ਤੇ ਜਾਓ, ਇਹ ਮੱਸਿਆ ਦੇ ਮਹਾਨ ਜੋੜ ਮੇਲੇ ਧੰਨ ਗੁਰੂ ਅਰਜਨ ਗੁਰ ਇਤਿਹਾਸਕ ਸਾਂ ਸੱਚਖੰਡ ਜੀਤ ਸਿੰਘ ਜੀ ਦੀ ਆਗਿਆ ਕਰਨ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਸਾਰੀ ਜਗ੍ਹਾ ਇਰਦ ਗਿਰਦ ਜਿੰਨਾ ਨੰਦੇੜ ਸ਼ਹਿਰ ਹੈ
ਸਾਰੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਤੇ ਲਗਵਾਈ। ਉਸ ਦਾ ਤੋਸ਼ੇ ਖਾਨਾ ਦੁਨੀਆਂ ਵਿੱਚ ਬੜਾ ਪ੍ਰਸਿੱਧ ਸੀ ਕਿ ਉਤਨਾ ਵੱਡਾ ਤੋਸ਼ੇ ਖਾਨਾ ਸ਼ਾਇਦ ਹੀ ਕਿਸੇ ਰਾਜੇ ਦਾ ਹੋਏ। ਅੱਜ ਵੀ ਹੈਦਰਾਬਾਦ ਦੇ ਅਜਾਇਬ ਘਰ ਦੇ ਵਿੱਚ ਜੇ ਕਿਸੇ ਨੂੰ ਜਾਣ ਦਾ ਵਕਤ ਮਿਲੇ ਤਾਂ ਉੱਥੇ ਇਤਨੇ ਕੀਮਤੀ ਕਰੋੜਾਂ ਅਰਬਾਂ ਰੁਪਇਆਂ ਦੇ ਸ਼ਸਤਰ ਹੀਰੇ ਜੜਤ ਤੁਹਾਨੂੰ ਦਰਸ਼ਨ ਹੋਣਗੇ ਜੋ ਰਿਆਸਤਾਂ ਤੋਂ ਬਾਅਦ ਫਿਰ ਗੌਰਮੈਂਟ ਨੇ ਉਹ ਸਾਰੀਆਂ ਰਿਆਸਤਾਂ ਜ਼ਬਤ ਕਰਕੇ ਆਪਣੇ ਰਾਜ ਵਿੱਚ ਮਿਲਾਈਆਂ। ਫਿਰ ਉਹਨਾਂ ਦਾ ਕੁਝ ਜਿਹੜਾ ਤੋਸ਼ੇ ਖਾਨਾ ਬਚਿਆ ਸੀ ਉਸ ਨੂੰ ਅਜਾਇਬ ਘਰ ਦਾ ਰੂਪ ਦਿੱਤਾ ਤਾਂ ਉੱਥੇ ਬੇਸ਼ਕੀਮਤੇ ਸ਼ਸਤਰ ਅੱਜ ਵੀ ਕੋਈ ਦਰਸ਼ਨ ਕਰਨ ਜਾਣ ਦਾ ਮੌਕਾ ਮਿਲੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਬੇਸ਼ਕੀਮਤੇ ਖਜ਼ਾਨੇ ਔਰ ਕਿੰਨੀਆਂ ਬੇਸ਼ਕੀਮਤੀਆਂ ਵਸਤੂਆਂ ਅਤੇ ਸ਼ਸਤਰ ਸਨ ਉਹਨਾਂ ਲੋਕਾਂ ਦੇ ਕੋਲੇ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਿਜ਼ਾਮ ਹੈਦਰਾਬਾਦ ਦੀ ਮਦਦ ਕੀਤੀ, ਅੰਗਰੇਜ਼ ਜਬਰੀ ਉਸ ਦੀ ਰਿਆਸਤ ਨੂੰ ਕਬਜ਼ਾ ਕਰਨਾ ਚਾਹੁੰਦੇ ਸਨ ਔਰ ਹੋਰ ਵੀ ਉਸ ਦੇ ਇਰਦ ਗਿਰਦ ਦੇ ਰਾਜੇ ਵਿਰੋਧ ਵਿੱਚ ਹੋਏ, ਸਿੱਖ ਫੌਜ ਨੂੰ ਭੇਜ ਕੇ ਮਦਦ ਕੀਤੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਮੇਰੀ ਰਿਆਸਤ ਵਿੱਚ ਇੱਕ ਵਾਰੀ ਚਰਨ ਪਾਓ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਗਏ, ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਪਹਿਲਾਂ ਉਹ ਸਮੇਂ 9 ਲੱਖ ਰੁਪਇਆ ਲਾ ਕੇ ਰੇਸ਼ਮ ਦੇ ਕੀਮਤੀ ਵਸਤਰ ਦੇ ਵਿੱਚ ਹੀਰੇ ਜੜਤ ਸੋਨੇ ਦੇ ਤਾਰਾਂ ਦੇ ਨਾਲ, ਚਾਂਦੀ ਦੀਆਂ ਤਾਰਾਂ ਦੇ ਨਾਲ ਬਹੁਤ ਕੀਮਤੀ ਇੱਕ ਚਾਨਣੀ ਇੱਕ ਚੰਦੋਆ ਤਿਆਰ ਕੀਤਾ ਜਿਸ ਉੱਤੇ 9 ਲੱਖ ਰੁਪਇਆ ਉਦੋਂ ਖਰਚ ਆਇਆ ਔਰ ਥੱਲੇ ਸੋਨੇ ਦਾ ਹੀਰੇ ਜੜਤ ਸਿੰਘਾਸਨ ਡਾਹਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੈਠਣ ਵਾਸਤੇ। ਉਹ ਤਿਆਰੀ ਉਹ ਸੱਜ ਤੱਜ ਇੱਕ ਅਲੌਕਿਕ ਨਿਜ਼ਾਮ ਹੈਦਰਾਬਾਦ ਦੀ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਵਾਗਤ ਵਾਸਤੇ। ਜਦੋਂ ਮਹਾਰਾਜਾ ਰਣਜੀਤ ਸਿੰਘ ਗਏ, ਬੜਾ ਸ਼ਾਹੀ ਸਨਮਾਨ ਕੀਤਾ ਗਿਆ। ਅੱਜ ਵੀ ਜਦੋਂ ਬਾਹਰਲੇ ਮੁਲਕਾਂ ਦੇ ਹਿੰਦੁਸਤਾਨ ਵਿੱਚ ਰਾਸ਼ਟਰਪਤੀ ਪ੍ਰਧਾਨ ਮੰਤਰੀ ਆਉਂਦੇ ਹੈ ਉਹਨਾਂ ਦਾ ਸਮੇਂ ਦੀ ਹਕੂਮਤ ਬੜਾ ਸ਼ਾਹੀ ਸਨਮਾਨ ਕਰਦੀ ਹੈ ਜਾਂ ਇੱਧਰੋਂ ਉੱਧਰ ਜਾਂਦੇ ਹੈ, ਕਰਦੇ ਹੀ ਆਪੋ ਆਪਣੇ ਬਿੱਤ ਮੁਤਾਬਕ ਰਹੋ ਵਿਚਾਰ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਨਮਾਨ ਵਿੱਚ ਜਦੋਂ 9 ਲੱਖ ਦੀ ਚਾਨਣੀ ਲਾਈ ਗਈ, ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਸੋਨੇ ਦਾ ਡਾਹਿਆ ਗਿਆ। ਜਦੋਂ ਇੱਕਦਮ ਥੱਲੇ ਗਏ ਸੂਰਜ ਦੀਆਂ ਕਿਰਨਾਂ ਦੇ ਨਾਲ, ਸਤ ਸੰਗਤ ਜੀ, ਉਹ ਹੀਰਿਆਂ ਦੀਆਂ ਕਿਰਨਾਂ ਦੀ ਜਦੋਂ ਝਲਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁਖੜੇ ਦੇ ਉੱਤੇ ਪਈ ਨਾ, ਇੱਕਦਮ ਉੱਤੇ ਵੇਖਿਆ ਚਾਨਣੀ ਤੋਂ ਬਾਹਰ ਆ ਗਏ। ਕਹਿਣ ਲੱਗੇ ਬੜੀ ਅਵੱਗਿਆ ਹੋਈ, ਇਹ ਚਾਨਣੀ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਲੱਗਣ ਵਾਲੀ ਸੀ, ਇੱਕ ਮੇਰੇ ਉੱਤੇ ਦੁਨਿਆਵੀ ਮਨੁੱਖ ਦੇ ਉੱਤੇ ਇੰਨੀ ਕੀਮਤੀ ਚਾਨਣੀ ਲਾ ਦਿੱਤੀ ਗਈ। ਨਿਜ਼ਾਮ ਹੈਦਰਾਬਾਦ ਕਹਿਣ ਲੱਗੇ, ਮਹਾਰਾਜਾ ਸਾਹਿਬ, ਇਹ ਚਾਨਣੀ ਕੇਵਲ ਤੁਹਾਡੇ ਸਨਮਾਨ ਲਈ ਨਹੀਂ ਲਾਈ ਗਈ, ਇਹ ਸਾਰਾ ਸਿੰਘਾਸਨ ਸਾਰੀ ਚਾਨਣੀ ਮੈਂ ਤੁਹਾਨੂੰ ਭੇਟਾ ਕਰਨੀ ਹੈ, ਇਹ ਤੁਹਾਡੇ ਵਾਸਤੇ ਹੈ, ਤੁਸੀਂ ਇਹ ਚਾਨਣੀ ਲੈ ਜਾਓ ਜਿੱਥੇ ਮਰਜ਼ੀ ਲਾਓ, ਇਹ ਮੈਂ ਤੁਹਾਡੇ ਵਾਸਤੇ ਤਿਆਰ ਕੀਤੀ ਹੈ। ਇੰਨੀ ਉਹਨਾਂ ਦੀ ਸ਼ਰਧਾ ਸੀ,
ਇੰਨਾ ਉਹਨਾਂ ਦਾ ਪ੍ਰੇਮ ਸੀ ਕਿ ਉਹਨਾਂ ਨੇ ਦੁਬਾਰਾ ਉਸ ਚੰਦੋਏ ਦੇ ਥੱਲੇ ਨਹੀਂ ਗਏ। ਉਹ ਸਾਰੀਆਂ ਵਸਤੂਆਂ ਲਿਆ ਕੇ ਚੰਦੋਆ ਚਾਨਣੀ ਜਿਹੜੀ ਸੀ ਉਹ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਲਿਆ ਕੇ ਭੇਟਾ ਕੀਤੀ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਥੱਲੇ ਜਾ ਚੁੱਕੇ ਸਨ, ਇਸ ਕਰਕੇ ਹਰਿਮੰਦਰ ਸਾਹਿਬ ਜੀ ਦੇ ਜਿੰਨੇ ਵੀ ਸਿੰਘ ਸਾਹਿਬ ਸਨ ਉਹਨਾਂ ਨੂੰ ਪਹਿਲਾਂ ਪੁਜਾਰੀ ਕਿਹਾ ਜਾਂਦਾ ਸੀ। ਪੁਜਾਰੀ ਸ਼ਬਦ ਕੋਈ ਮਾੜਾ ਨਹੀਂ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੁਰਾਣੇ ਸਾਡੇ ਇਤਿਹਾਸਕ ਗ੍ਰੰਥਾਂ ਦੇ ਅੰਦਰ ਹੈੱਡ ਪੁਜਾਰੀ ਸਾਹਿਬ ਕਹਿ ਕੇ ਉਹਨਾਂ ਦਾ ਨਾਮ ਜਿਹੜਾ ਹੈ ਸਤਿਕਾਰ ਵਜੋਂ ਲਿਆ ਜਾਂਦਾ ਹੈ। ਮਹਾਂਪੁਰਖ ਵੀ ਜਦੋਂ ਕਥਾ ਕਰਦੇ, ਅੱਜ ਵੀ ਕਿਸ ਟਾਈਮ 'ਚ ਸੁਣੋ ਤਾਂ ਉਦੋਂ ਇਹੋ ਹੀ ਕਰਦੇ ਆ ਕਿ ਵੱਡੇ ਪੁਜਾਰੀ ਸਾਹਿਬ ਆ ਗਏ, ਭਾਵ ਗੁਰੂ ਸਾਹਿਬ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਸਮਝ ਕੇ ਪੂਜਾ ਅਤੇ ਸੇਵਾ ਕਰਨੀ। ਹੈੱਡ ਗ੍ਰੰਥੀ ਜਿਹੜਾ ਸ਼ਬਦ ਹੈ ਇਹ ਅੰਗਰੇਜ਼ੀ ਦਾ ਸ਼ਬਦ ਹੈ, ਸਾਡਾ ਸ਼ਬਦ ਹੈ ਮੁੱਖ ਹੈੱਡ ਗ੍ਰੰਥੀ। ਮੁੱਖ ਗ੍ਰੰਥੀ ਸਿੰਘ ਸਾਹਿਬਾਨ, ਵੱਡੇ ਸਿੰਘ ਸਾਹਿਬਾਨ। ਸੋ ਸਾਧ ਸੰਗਤ ਜੀ ਇਉਂ ਉਹਨਾਂ ਨੂੰ ਵੱਡੇ ਜਥੇਦਾਰ ਨੂੰ ਤਖ਼ਤ ਹਜ਼ੂਰ ਸਾਹਿਬ ਦੇ ਨੂੰ ਅੱਠੇ ਪੈਰ ਸੇਵਾ ਵਿੱਚ ਰਹਿਣ ਕਰਕੇ ਕੇਵਲ ਦੋ ਤਿੰਨ ਘੰਟੇ ਆਰਾਮ ਕਰਨ ਦਾ ਹੀ ਸਮਾਂ ਮਿਲਦਾ, ਦਿਨ ਦਾ ਰਾਤ ਦਾ ਜ਼ਿਆਦਾ ਵਕਤ ਗੁਰੂ ਸਾਹਿਬ ਦੀ ਸੇਵਾ ਵਿੱਚ ਗੁਜ਼ਰਨ ਕਰਕੇ ਪੂਰਾ ਸੇਵਾ ਸਨਮਾਨ ਵਿੱਚ, ਤਾਂ ਉਹਨਾਂ ਨੂੰ ਪੁਜਾਰੀ ਕਿਹਾ ਜਾਂਦਾ ਹੈ। ਅੱਜ ਹੁਣ ਆਪਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਕਹਿ ਕੇ ਬੁਲਾਉਂਦੇ ਹਾਂ, ਪਰ ਪ੍ਰਾਤਨ ਸ਼ਬਦ ਪੁਜਾਰੀ ਹੀ ਵਰਤਿਆ ਜਾਂਦਾ ਸੀ। ਵੱਡੇ ਪੁਜਾਰੀ ਸਾਹਿਬ ਵੱਡੇ ਜਥੇਦਾਰ, ਛੋਟੇ ਪੁਜਾਰੀ ਸਾਹਿਬ ਜਿਹੜੇ ਮੀਤ ਜਥੇਦਾਰ, ਤਾਂ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨਾਂ ਨੂੰ ਵੀ ਇਹੋ ਹੀ ਨਾਮ ਦਿੱਤੇ ਜਾਂਦੇ ਸਨ। ਉਹ ਸਮੇਂ ਦੇ ਫਿਰ ਉਹਨਾਂ ਨੇ ਇਹ ਫੈਸਲਾ ਕੀਤਾ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਅਗਵਾਈ ਵਿੱਚ, ਕਿਉਂਕਿ ਤਖ਼ਤ ਦਾ ਜਥੇਦਾਰ ਜਥੇਦਾਰ ਹੀ ਹੁੰਦਾ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ। ਉਹਨਾਂ ਨੇ ਰਾਏ ਕਰਕੇ ਫੈਸਲਾ ਲਿਆ ਕਿ ਚਾਨਣੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਦਰਸ਼ਨਾਂ ਲਈ ਲਾਈ ਜਾਇਆ ਕਰੇਗੀ, ਕਿਉਂਕਿ ਇੱਕ ਵਾਰੀ ਮਹਾਰਾਜਾ ਸਾਹਿਬ ਥੱਲੇ ਚਲੇ ਗਏ, ਇਹ ਗੁਰੂ ਸਾਹਿਬ ਦੇ ਉੱਤੇ ਹਰਿਮੰਦਰ ਸਾਹਿਬ ਨਹੀਂ ਲੱਗੇਗੀ। ਪਰ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਉਦੋਂ ਸੰਕਲਪ ਪੈਦਾ ਹੋਇਆ ਕਿ ਰਾਜਿਆਂ ਦੇ ਜਿਵੇਂ ਤੋਸ਼ੇ ਖਾਨੇ ਹਨ, ਮੇਰੇ ਗੁਰੂ ਰਾਮਦਾਸ ਸਾਹਿਬ ਜੀ ਦਾ ਵੀ ਤੋਸ਼ੇ ਖਾਨਾ ਬਣਨਾ ਚਾਹੀਦਾ। ਇਹ ਤਾਂ ਲੋਕ ਪ੍ਰਲੋਕ ਦੇ ਮਾਲਕ ਦਾ ਘਰ ਹੈ ਹਰਿਮੰਦਰ ਸਾਹਿਬ। ਫਿਰ ਉਹਨਾਂ ਨੇ ਬੜੀ ਸ਼ਰਧਾ ਦੇ ਨਾਲ ਸਾਧ ਸੰਗਤ ਜੀ ਉਹ ਤੋਸ਼ੇ ਖਾਨਾ ਤਿਆਰ ਕਰਾਇਆ, ਔਰ ਉਸ ਤੋਸ਼ੇ ਖਾਨੇ ਦੇ ਵਿੱਚ ਅੱਜ ਐਸੇ ਕੀਮਤੀ ਅਦਭੁਤ ਵਸਤੂਆਂ ਜਿਹੜੀਆਂ ਦੁਨੀਆਂ ਵਿੱਚੋਂ ਵੀ ਨਹੀਂ ਲੱਭ ਸਕਦੀਆਂ। ਜਦੋਂ ਹਰਿਮੰਦਰ ਸਾਹਿਬ ਸਤਿਗੁਰਾਂ ਦੇ ਗੁਰਪੁਰਬ ਹੁੰਦੇ ਆ, ਜਲਾਓ ਸਜਦਾ, ਔਰ ਨੀਲਮ ਦੀ ਨੀਲਮ ਸਭ ਤੋਂ ਬੇਸ਼ ਕੀਮਤੀ ਹੀਰਾ ਮੰਨਿਆ ਜਾਂਦਾ। ਨੀਲਮ ਦੇ ਹੀਰੇ ਦੀ ਬੜੀ ਸੁੰਦਰ ਘਾੜਤ ਘੜ ਕੇ ਮੋਰ ਤਿਆਰ ਕੀਤਾ ਗਿਆ, ਜਿਹੜੀ ਉਹਦੀ ਸਾਰੀ ਗਰਦਨ ਉਹ ਨੀਲਮ ਦੇ ਹੀਰੇ ਦੀ ਬਣੀ ਹੋਈ ਹੈ। ਸੁੱਚੇ ਮੋਤੀਆਂ ਦੀ ਮਾਲਾ ਉਸ ਦੇ ਮੁੱਖ ਵਿੱਚ ਪਰੋਈ ਹੋਈ ਹੈ, ਔਰ ਉਹ ਛਤਰ ਦੇ ਉੱਤੇ ਲੱਗਾ ਹੋਇਆ। ਪਿੱਛੇ ਜਦੋਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਮੁੱਖ ਗ੍ਰੰਥੀ ਸਨ, ਉਦੋਂ ਤੋਸ਼ੇ ਖਾਨਾ ਸਾਹਿਬ ਦੀ ਸੇਵਾ ਦੀ ਮੁਰੰਮਤ ਹੋਈ, ਮੈਨੂੰ ਵੀ ਦਰਸ਼ਨ ਕਰਵਾਏ।
ਉਦੋਂ ਜੈਪੁਰ, ਮੁੰਬਈ ਅਤੇ ਦਿੱਲੀ ਔਰ ਆਗਰੇ ਦੇ ਜਿੰਨੇ ਜੌਹਰੀ ਆਏ ਸਨ ਉਹਨਾਂ ਨੇ ਇਹ ਗੱਲ ਉੱਥੇ ਦੱਸੀ ਸੀ ਕਿ ਜਿਹੜਾ ਇਹ ਬੇਸ਼ਕੀਮਤੀ ਨੀਲਮ ਮੋਰ ਦੀ ਗਰਦਨ ਨੂੰ ਲੱਗ ਚੁੱਕਾ, ਦੁਨੀਆਂ ਵਿੱਚ ਇਤਨਾ ਵੱਡਾ ਨੀਲਮ ਅਤੇ ਦੁਨੀਆਂ ਵਿੱਚ ਇਤਨੀ ਬੇਸ਼ਕੀਮਤੀ ਵਸਤੂ ਦੁਨੀਆਂ ਦੇ ਕਿਸੇ ਰਾਜੇ ਪਾਸ ਨਹੀਂ। ਮੈਂ ਇਹ ਤਾਂ ਬੇਨਤੀ ਕਰ ਰਿਹਾ ਕਿ ਇੰਨੀ ਉਹਨਾਂ ਦੇ ਮਨ ਵਿੱਚ ਸ਼ਰਧਾ ਸੀ, ਭਾਵਨਾ ਸੀ ਕਿ ਗੁਰਸੰਗਤ ਜੀ ਉਹਨਾਂ ਨੇ ਬੇਸ਼ਕੀਮਤੀ ਵਸਤੂਆਂ ਦਾ ਤੋਸ਼ੇਖਾਨਾ ਤਿਆਰ ਕਰਵਾਇਆ। ਪੀੜਾ ਸਾਹਿਬ ਹੀਰੇ ਜੜਤ, ਕਦੇ ਕਦੇ ਹਰਿਮੰਦਰ ਸਾਹਿਬ ਉਹ ਲੱਗਦੇ ਹੈ। ਔਰ ਇਸੇ ਤਰ੍ਹਾਂ ਬੜਾ ਸੁੰਦਰ ਛਤਰ ਮਹਾਰਾਜ ਸਾਹਿਬ ਵਾਸਤੇ ਇੱਕ ਸ੍ਰੀ ਸਾਹਿਬ ਹੀਰੇ ਜੜਤ, ਔਰ ਚਾਰ ਸੋਨੇ ਦੇ ਪਿਓਰ ਸੋਨੇ ਦੇ ਦਰਵਾਜ਼ੇ, ਉਹਨਾਂ ਦੇ ਵਿੱਚ ਕੋਈ ਤਾਂਬੇ ਦੀ ਮਿਲਾਵਟ ਨਹੀਂ। 250-300 ਸਾਲ ਦਾ ਪਹਿਲਾਂ ਦਾ ਜਿਹੜਾ ਕੰਮ ਹੋਇਆ ਨਾ ਔਰ ਹੱਥਾਂ ਨਾਲ ਹੋਇਆ, ਅੱਜ ਵੀ ਉਹੀ ਚਮਕ ਹੈ ਉਸ ਉਹਨਾਂ ਦਰਵਾਜ਼ਿਆਂ ਦੀ ਜਿਹੜੇ ਜਲਾਓ ਦੇ ਵਕਤ 2-3 ਘੰਟੇ ਲੱਗਦੇ ਹੈ। ਔਰ ਗੁਰਪੁਰਬਾਂ 'ਤੇ ਉਹ ਜਲਾਓ ਲਾਇਆ ਜਾਂਦਾ, ਉਹਦਾ ਮਤਲਬ ਇਹ ਹੈ ਕਿ ਦੁਨੀਆਂ ਦੇ ਬਾਦਸ਼ਾਹ ਕੋਲ ਵੀ ਐਸਾ ਜਲਾਓ ਨਹੀਂ ਜਿਹੜਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਲਾਓ ਹਰ ਗੁਰਪੁਰਬ ਦੇ ਉੱਤੇ ਲਾਇਆ ਜਾਂਦਾ ਹੈ। ਉਹ ਸਾਡੀ ਸੱਜ ਧੱਜ ਦਾ, ਸਾਡੀ ਸ਼ਾਨੋ ਸ਼ੌਕਤ ਦਾ, ਖਾਲਸੇ ਦੀ ਅਮੀਰੀ ਦਾ ਪ੍ਰਤੀਕ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹ ਬਚਨ ਕਥਾ ਵਿੱਚ ਕਿਹਾ ਕਰਦੇ ਸਨ। ਕਹਿੰਦੇ ਖਾਲਸਾ ਜੀ, ਇਹ ਨਾ ਸੋਚਿਆ ਕਰੋ ਵੀ ਸਾਡੀ ਸਿੱਖ ਕੌਮ ਬੜੀ ਗਰੀਬ ਹੈ। ਜੇ ਸਾਡੀ ਕੌਮ ਗਰੀਬ ਹੋਵੇ ਤਾਂ ਕਹਿੰਦੇ ਸਾਡੇ ਹਰਿਮੰਦਰ ਸਾਹਿਬ ਤੇ ਸਾਡੇ ਗੁਰ ਅਸਥਾਨਾਂ ਤੇ ਸੋਨੇ ਦੀ ਸੇਵਾ ਨਾ ਹੋਈ ਹੁੰਦੀ। ਕਹਿੰਦੇ ਇੰਨਾ ਜ਼ਿਆਦਾ ਸੋਨਾ ਕਿਸੇ ਵੀ ਕੌਮ ਕੋਲੇ ਨਹੀਂ ਜਿੰਨਾ ਸਿੱਖ ਕੌਮ ਦੇ ਕੋਲੇ ਹੈ। ਮੈਂ ਇਹ ਬਚਨ ਉਹਨਾਂ ਦੀ ਰਸਨਾ ਤੋਂ ਸੁਣੇ ਆ। ਕਹਿੰਦੇ ਸਾਡੇ ਗੁਰਦੁਆਰਿਆਂ ਤੇ ਸਾਡੇ ਤਖਤਾਂ ਤੇ ਜਿੰਨਾ ਸੋਨਾ ਲੱਗਾ ਇੰਨਾ ਕਿਸੇ ਵੀ ਧਰਮ ਦੀ ਕੌਮ ਦੇ ਪਾਸ, ਉਹਨਾਂ ਦੇ ਧਾਰਮਿਕ ਸਥਾਨਾਂ ਤੇ ਇੰਨਾ ਸੋਨਾ ਨਹੀਂ ਅੱਜ ਤੱਕ ਲੱਗਾ। ਤੇ ਸੋਨੇ ਨੂੰ ਹੀ ਸਭ ਤੋਂ ਕੀਮਤੀ ਮੰਨਿਆ ਜਾਂਦਾ। ਜਿਹੜੇ ਦੇਸ਼ ਕੋਲੇ ਸੋਨਾ, ਉਸੇ ਦੇਸ਼ ਦੀ ਜਿੰਨਾ ਵਧੇਰੇ ਸੋਨਾ ਉਨੀ ਵੱਡੀ ਉਹਦੀ ਕਰੰਸੀ ਮੰਨੀ ਜਾਂਦੀ ਹੈ। ਇਹ ਤਾਂ ਵਿਚਾਰ ਚੱਲ ਗਿਆ ਨਾ ਵੈਸੇ ਹੀ। ਸੋ ਕਹਿਣ ਤੋਂ ਭਾਵ ਇਹ ਸਾਡੀ ਸ਼ਾਹੀ ਸੱਜ ਧੱਜ ਦਾ ਜਲਾਓ ਦਾ ਪ੍ਰਤੀਕ ਹੈ ਨਗਰ ਕੀਰਤਨ, ਜਿਹਨੂੰ ਜਲੂਸ ਕਿਹਾ ਜਾਂਦਾ। ਕੌਮ ਦਾ ਜਾਹੋ ਜਲਾਲ ਦੁਨੀਆਂ ਨੂੰ ਵਿਖਾਉਣਾ। ਜਦੋਂ ਜਾਰਜ ਪੰਚਮ ਹਿੰਦੁਸਤਾਨ ਵਿੱਚ ਆਇਆ, ਸਾਰੇ ਰਿਆਸਤਾਂ ਦੇ ਰਾਜੇ ਗਏ ਦਿੱਲੀ ਵਿੱਚ, ਤੇ ਸਿੱਖ ਕੌਮ ਨੂੰ ਵੀ ਕਿਹਾ ਵੀ ਤੁਸੀਂ ਵੀ ਆਪਣਾ ਨਗਰ ਕੀਰਤਨ ਜਲੂਸ ਕੱਢ ਕੇ ਆਓ, ਤੁਹਾਡੀ ਸੱਜ ਧੱਜ ਵੀ ਵੇਖਣੀ ਹੈ। ਸਾਰੇ ਸਿੱਖ ਰਿਆਸਤਾਂ ਦੇ ਰਾਜਿਆਂ ਨੇ ਦਿੱਲੀ ਵਿੱਚ ਫਿਰ ਐਸਾ ਨਿਰਾਲਾ ਨਗਰ ਕੀਰਤਨ ਜਲੂਸ ਕੱਢਿਆ। ਸਾਧ ਸੰਗਤ ਜੀ, ਸ਼ਾਹੀ ਹਾਥੀ ਦੇ ਉੱਤੇ ਸੋਨੇ ਦੇ ਅਹੁਦੇ ਵਿੱਚ, ਹੀਰੇ ਜੜਤ ਪਾਲਕੀ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੁਭਾਇਮਾਨ ਕਰਕੇ, ਸੋਨੇ ਦੇ ਭਾਲੇ ਵਾਲੇ ਨਿਸ਼ਾਨ ਸਾਹਿਬ, ਸੋਨੇ ਦੀਆਂ ਮੁੱਠੀਆਂ ਵਾਲੀਆਂ ਸ੍ਰੀ ਸਾਹਿਬਾਂ ਪੰਜਾਂ ਪਿਆਰਿਆਂ ਤੇ ਨਿਸ਼ਾਨਚੀਆਂ ਦੇ ਹੱਥਾਂ ਵਿੱਚ ਦੇ ਕੇ, ਸੋਨੇ ਦੇ ਰਣ ਸਿੰਘੇ ਵਜਾਉਂਦੇ, ਚਾਂਦੀ ਦੇ ਨਗਾਰਿਆਂ ਨਾਲ ਚੋਬਾਂ ਲਾਉਂਦੇ, ਸੋਨੇ ਦਾ ਚੌਰ
ਮਹਾਪੁਰਖ ਸੰਤ ਬਾਬਾ ਅਤਰ ਸਿੰਘ ਜੀ ਦੇ ਹੱਥ ਵਿੱਚ ਦੇ ਕੇ ਤਾਬਿਆ ਬਿਠਾਇਆ। ਜਦੋਂ ਲਾਲ ਕਿਲੇ ਦੇ ਕੋਲ ਦੀ ਸਾਡਾ ਜਲੂਸ ਲੰਘਿਆ ਨਾ ਸਿੱਖ ਪੰਥ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ, ਤਾਂ ਜਾਰਜ ਪੰਚਮ ਦੇ ਵੀ ਹੱਥ ਜੁੜ ਗਏ ਸਨ। ਉਹ ਵੀ ਪੈਰਾਂ ਵਿੱਚੋਂ ਜੋੜਾ ਲਾ ਕੇ ਸਿਰ ਝੁਕਾ ਕੇ ਖਲੋ ਗਿਆ। ਕਹਿੰਦਾ ਜ਼ਿੰਦਗੀ ਵਿੱਚ ਇਹੋ ਜਿਹੀ ਨਿਰਾਲੀ ਸਜ ਧਜ, ਇਹੋ ਜਿਹਾ ਜਾਹੋ ਜਲਾਲ ਅੱਜ ਤੱਕ ਮੈਂ ਦੁਨੀਆ ਵਿੱਚ ਕਿਸੇ ਕੌਮ ਦਾ ਨਹੀਂ ਤੱਕਿਆ ਜਿਹੜਾ ਅੱਜ ਆਪਣੀਆਂ ਅੱਖਾਂ ਨਾਲ ਵੇਖ ਰਿਹਾ। ਉਹ ਸਾਡਾ ਜਲੂਸ ਸੀ, ਉਹ ਸਾਡੀ ਸਜ ਧਜ ਸੀ, ਉਹ ਸਾਡਾ ਜਲਾਲ ਸੀ ਖਾਲਸਾ ਜੀ। ਇਸ ਕਰਕੇ ਇਹ ਜਿਹੜੇ ਨਗਰ ਕੀਰਤਨ ਜਲੂਸ ਹੁੰਦੇ ਆ ਨਾ, ਇਹਦੇ ਵਿੱਚ ਖਾਲਸੇ ਨੇ ਆਪਣਾ ਜਾਹੋ ਜਲਾਲ ਵਿਖਾਉਣਾ ਹੁੰਦਾ। ਜਿਵੇਂ ਜੋੜ ਮੇਲਿਆਂ ਤੇ ਜਥੇਬੰਦੀਆਂ ਨਿਹੰਗ ਸਿੰਘ ਮਹੱਲੇ ਕੱਢਦੇ ਆ, ਉਦੋਂ ਸਿੰਘ ਫਿਰ ਕੀਮਤੀ ਤੋਂ ਕੀਮਤੀ ਸ਼ਸਤਰ ਆਪਣੇ ਹੱਥਾਂ ਵਿੱਚ ਲੈ ਕੇ ਉਹਨਾਂ ਮਹੱਲਿਆਂ ਵਿੱਚ ਚੜ੍ਹਦੇ ਆ, ਔਰ ਪੂਰੀ ਸਜ ਧਜ ਦੇ ਨਾਲ। ਹਜ਼ੂਰ ਸਾਹਿਬ ਜਾਓ ਹੋਲੇ ਮਹੱਲੇ ਤੇ, ਜਦੋਂ ਮਹੱਲਾ ਨਿਕਲਦਾ ਉਦੋਂ ਫਿਰ ਤੁਸੀਂ ਸ੍ਰੀ ਸਾਹਿਬਾਂ ਦੇ ਦਰਸ਼ਨ ਉਹਨਾਂ ਸਿੰਘਾਂ ਦੇ ਹਜ਼ੂਰੀ ਖਾਲਸੇ ਦੇ ਕਿਤੇ ਜਾ ਕੇ ਕਰਿਓ। ਜਿਵੇਂ ਰਾਜਿਆਂ ਦੇ ਹੱਥਾਂ ਵਿੱਚ ਸੋਨੇ ਤੇ ਹੀਰਿਆਂ ਦੀ ਜੜਤ ਤਲਵਾਰਾਂ ਹੁੰਦੀਆਂ ਸਨ, ਉਵੇਂ ਸਿੰਘਾਂ ਦੇ ਹੱਥਾਂ ਵਿੱਚ ਸ੍ਰੀ ਸਾਹਿਬਾਂ ਹੁੰਦੀਆਂ।